ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਇਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਦੱਸ ਦਈਏ, ਖੰਨਾ 'ਚ ਪੈਂਦੇ ਪਿੰਡ ਬੀਜਾ ਨਜ਼ਦੀਕ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ 'ਤੇ ਇੱਕ ਪੈਟਰੋਲ ਪੰਪ 'ਤੇ ਖੜ੍ਹੇ ਹਿਮਾਚਲ ਨੰਬਰ ਟਰੱਕ ਨੂੰ ਤੜਕੇ 3:30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਸੁੱਤਾ ਪਿਆ ਡਰਾਈਵਰ ਜਲ ਕੇ ਰਾਖ ਹੋ ਗਿਆ। ਗਨੀਮਤ ਇਹ ਰਹੀ ਕਿ ਪੈਟਰੋਲ ਪੰਪ ਨੂੰ ਅੱਗ ਨਹੀਂ ਲੱਗੀ। ਪੰਪ 'ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਪ 'ਤੇ ਰਾਤ ਦਹੀਂ ਗੱਡੀ ਖੜ੍ਹੀ ਸੀਗੀ, ਜਿਸ ਵਿੱਚ ਡਰਾਈਵਰ ਸੁੱਤਾ ਪਿਆ ਸੀ ਅਤੇ ਅਚਾਨਕ ਤੜਕਸਾਰ ਸਵੇਰੇ 3:30 ਵਜੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਡਰਾਈਵਰ ਗੱਡੀ ਅੰਦਰ ਸੁੱਤਾ ਪਿਆ ਹੀ ਰਾਖ ਹੋ ਗਿਆ, ਜਲ ਕੇ ਰਾਖ ਹੋ ਗਿਆ। ਉਹਨੇ ਦੱਸਿਆ ਕਿ ਅਸੀਂ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ 'ਤੇ ਕਾਬੂ ਨਹੀਂ ਕੀਤਾ ਜਾ ਸਕਿਆ। ਅਸੀਂ ਤਾਂ ਪਾਣੀ ਅਤੇ ਸਿਲੰਡਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਡਰਾਈਵਰ ਨੂੰ ਨਹੀਂ ਬਚਾ ਸਕੇ। ਤਾਂ ਤੁਸੀਂ ਤਸਵੀਰਾਂ ਰਾਹੀਂ ਜੋ ਮੰਜ਼ਰ ਦੇਖ ਰਹੇ ਹੋ ਬਹੁਤ ਭਿਆਨਕ ਹੈ, ਬਹੁਤ ਦਰਦਨਾਕ ਹੈ। ਡਰਾਈਵਰ ਸੁੱਤਾ ਪਿਆ ਸੀ ਜਦੋਂ ਅਚਾਨਕ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਔਰ ਉਸ ਤੋਂ ਬਾਹਰ ਨਹੀਂ ਨਿਕਲਿਆ ਜਾ ਸਕਿਆ ਅਤੇ ਅੰਦਰ ਹੀ ਜਲ ਕੇ ਰਾਖ ਹੋ ਗਿਆ। ਤਾਂ ਇਹ ਹਿਮਾਚਲ ਨੰਬਰ ਟਰੱਕ ਜਿਹੜਾ ਪੈਟਰੋਲ ਪੰਪ 'ਤੇ ਖੜ੍ਹਾ ਸੀਗਾ ਅਚਾਨਕ ਤੜਕਸਾਰ ਵੇਲੇ ਅੱਗ ਲੱਗਦੀ ਹੈ ਔਰ ਭਿਆਨਕ ਰੂਪ ਲੈ ਲੈਂਦੀ ਹੈ। ਲੋਕਾਂ ਨੇ ਜਿਹੜੇ ਉੱਥੇ ਮੌਕੇ 'ਤੇ ਮੌਜੂਦ ਸੀ ਬਚਾਉਣ ਦੀ ਕੋਸ਼ਿਸ਼ ਕੀਤੀ, ਪੰਪ 'ਤੇ ਕਰਿੰਦਿਆਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦਿਖਾਉਂਦੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਅੰਕਲ ਜੀ ਤੁਹਾਡਾ? ਮੇਰਾ ਨਾਮ ਕੁਲਦੀਪ ਸਿੰਘ ਆ ਜੀ। ਕੁਲਦੀਪ ਸਿੰਘ ਜੀ, ਕੀ ਹੋਇਆ ਜੀ ਹਾਦਸਾ? ਇਹ ਰਾਤ 3:30 ਵਜੇ ਦਾ ਵਾਕਾ ਜੀ, ਸਵੇਰ ਟਾਈਮ ਦਾ। ਅੱਛਾ ਜੀ। ਇਹ ਗੱਡੀ ਰਾਤ ਦੀ ਖੜੀ ਸੀ ਇੱਥੇ, ਖੜ੍ਹਨ ਕਰਕੇ ਡਰਾਈਵਰ ਵਿੱਚ ਵਿਚਾਰਾ ਸੁੱਤਾ ਪਿਆ ਸੀਗਾ। ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ, ਅੱਗ ਲੱਗੀ। ਅਸੀਂ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ, 3:30 ਵਜੇ ਇਹਨਾਂ ਨੇ ਦੇਖਿਆ ਵੀ ਲਾਪਟਾ ਨਿਕਲਿਆ ਅਤੇ ਆ ਕੇ ਅਸੀਂ ਕੋਸ਼ਿਸ਼ ਕਰੀ ਸ਼ੀਸ਼ੇ ਭੰਨੇ, ਸ਼ੀਸ਼ੇ ਭੰਨਣਾ ਉੱਠਿਆ ਵੀ ਆ। ਉੱਠਣ ਤੋਂ ਬਾਅਦ ਜਿਹੜੇ ਅੱਗ ਨੇ ਆਪ ਨੂੰ ਕਾਬੂ ਕਰ ਲਿਆ ਅਤੇ ਕਾਬੂ ਹੋਣ ਤੋਂ ਬਾਅਦ ਵਿਚਾਰੇ ਤੋਂ ਨਿਕਲ ਨਹੀਂ ਹੋਇਆ, ਵਿੱਚੇ ਵਿਚਾਰਾ ਮੱਚ ਗਿਆ। ਉਹ ਫੌਤ ਉਹਦੀ ਮੌਕੇ 'ਤੇ ਹੋ ਗਈ। ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੀ ਕੁ ਸਾਡੇ ਕੋਲ ਸੀਗੀ ਗੈਸ ਸਿਲੰਡਰ ਵੀ ਲਾਏ ਪਰ ਅੱਗ ਬੁਝੀ ਨਹੀਂ। ਬਾਅਦ 'ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ 'ਤੇ ਕਾਬੂ ਪਾਇਆ, ਉਹਦੀ ਡੈੱਡ ਬੋਡੀ ਸਿਵਲ ਹਸਪਤਾਲ ਕੰਨੇ। ਪਤਾ ਲੱਗਿਆ ਜੀ ਕਿੱਥੋਂ ਦੇ ਬੰਦਾ ਆ ਰਿਹਾ? ਬੰਦਾ ਹਿਮਾਚਲ ਦਾ ਰਹਿਣ ਵਾਲਾ, ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ, ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ। ਗੱਡੀ ਦਾ ਮਾਲਕਾਂ ਨਾਲ ਗੱਲ ਹੋਈ ਆ ਉਹਨਾਂ ਨਾਲ। ਇਹ ਕਿੱਥੇ ਨੂੰ ਕਿੱਧਰ ਨੂੰ ਚੱਲਿਆ ਸੀਗਾ ਜੀ ਗੱਡੀ ਲੈ ਕੇ? ਖਾਲੀ ਖੜਾ ਸੀਗਾ ਜੀ, ਆ ਕੇ 11:30 ਵਜੇ ਆ ਕੇ ਖੜਿਆ। ਇਹ ਪੈਟਰੋਲ ਪੰਪ 'ਤੇ ਗੱਡੀ ਗੱਡੀ ਹਾਂ ਇੱਧਰੋਂ ਆਇਆ ਰੋਂਗ ਸਾਈਡ, ਮਤਲਬ ਖਾ ਕੇ ਖੜ ਗਿਆ, ਕੁਛ ਨਹੀਂ ਉਤਰਿਆ ਨਹੀਂ, ਵਿੱਚੇ ਪੈ ਗਿਆ ਆ ਕੇ। ਜ਼ਿਆਦਾ ਨੀਂਦਰਾ ਸੀਗਾ ਜਾਂ ਕਿੱਦਾਂ ਵੀ ਸੀਗਾ? ਕੀ ਲੱਗਦਾ ਜੇ ਅੱਗ ਲੱਗ ਗਈ ਸੀ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ? ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਏ, ਜਿੰਨਾ ਕੁ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਆਪਣੀ। ਅੱਛਾ ਜੀ, ਹਾਂਜੀ। ਅਤੇ ਹੁਣ ਡੈੱਡ ਬੋਡੀ ਨੂੰ ਕਿੱਥੇ ਭੇਜਤਾ ਜੀ? ਇਹ ਖੰਨੇ ਸਿਵਲ ਹਸਪਤਾਲ ਪਹੁੰਚਾ ਦਿਓ ਜੀ। ਪੁਲਿਸ ਆ ਗਈ ਸੀ ਮੌਕੇ 'ਤੇ, ਚਲੋ ਉਹਨਾਂ ਨੇ ਵੀ ਆਪਣੀ ਕੋਸ਼ਿਸ਼ ਕਰੀ ਹੈ ਸਾਰਿਆਂ ਨੇ ਬੰਦਿਆਂ ਨੇ ਰਲ ਕੇ, ਪਰ ਅੱਗ ਸੀਗੀ ਉਹ ਤੇਜ਼ ਬਹੁਤ। ਹਾਂਜੀ, ਕੀ ਨਾਮ ਆ ਜੀ ਤੁਹਾਡਾ? ਮੇਰਾ ਨਾਮ ਕੁਲਵੀਰ ਸਿੰਘ। ਕਿੱਥੇ ਕੰਮ ਕਰਦੇ ਸੀ? ਇੱਥੇ ਪੈਟਰੋਲ ਪੰਪ 'ਤੇ। ਕੀ ਹੋਇਆ ਪੈਟਰੋਲ ਪੰਪ 'ਤੇ ਜੀ? ਰਾਤ ਜੀ 11:30 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀਗੀ ਜੀ ਇਹਨੇ, ਅਤੇ ਇਹ ਬਾਹਰ ਨਹੀਂ ਨਿਕਲਿਆ ਹੈਗਾ ਡਰਾਈਵਰ, ਇੱਦਾਂ ਵਿੱਚੇ ਸੌਂ ਗਿਆ ਜੀ। ਅੱਛਾ ਜੀ। ਅਤੇ ਉਹਦੇ ਬਾਅਦ ਜੋ ਸਵੇਰੇ 3:30 ਵਜੇ ਇਹਦੇ 'ਚੋਂ ਥੋੜ੍ਹੀ ਅੱਗ ਜੀ ਧੂੰਆਂ ਜਿਹਾ ਨਿਕਲਦਾ ਸੀਗਾ ਜੀ, ਉਹਦੇ ਬਾਅਦ ਜਦੋਂ ਇੱਕਦਮ ਇਹ ਅੱਗ ਕਾਫੀ ਆ ਗਈ ਜੀ। ਅਤੇ ਕੀ ਹੋਇਆ ਉਹਦੇ ਬਾਅਦ? ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ, ਸ਼ੀਸ਼ੇ ਭੰਨੇ ਸੀਗੇ ਇਹਦੇ 'ਚੋਂ ਕਿਉਂਕਿ ਟਾਕੀ ਅੰਦਰੋਂ ਲੋਕ ਸੀਗੀਆਂ, ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ, ਟਾਉਟਾ ਮਾਰ ਕੇ ਜੀ, ਅਤੇ ਵਿੱਚ ਬੰਦਾ ਉੱਥੇ ਹੀ ਵਿੱਚੇ ਗਿਰ ਗਏ ਜੀ। ਅਤੇ ਕੀ ਬਣਿਆ ਉਹਦਾ ਫਿਰ ਲਾਸ਼? ਨਹੀਂ, ਨਿਕਲ ਨਹੀਂ ਹੋਇਆ ਹੈਗਾ ਜੀ ਉਦੋਂ ਤੋਂ ਵਿੱਚ, ਬਹੁਤ ਜ਼ਿਆਦਾ ਤੇਜ਼ ਸੀ, ਖੜਬ ਨਹੀਂ ਸੀ ਹੁੰਦਾ ਕੋਲ। ਅਸੀਂ ਸਿਲੰਡਰ ਸਲੁੰਡਰ ਵੀ ਕਾਫੀ ਲਾਏ ਅਤੇ ਪਾਣੀ ਪੂਣੀ ਜਿੰਨਾ ਕੁ ਸਾਥ ਹੋ ਸਕੇ ਉਨਾ ਕੀਤਾ ਸੀ। ਕੀ ਜਲ ਕੇ ਰਾਖ ਕੀ ਹੋਏ? ਹਾਂਜੀ, ਕਾਫੀ ਜਲ ਗਏ ਸੀਗੇ, ਕੋਈ ਬਚਿਆ ਨਹੀਂ।